ਗੁਰਦੁਆਰਾ ਸਿੱਧ ਸਰ ਅਲੋਹਰਾਂ ਸਾਹਿਬ ਤੋਂ ਮੁੱਖ ਸੇਵਾਦਾਰ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰ ਸਿੰਘ ਨੇ ਸੰਤ ਸਮਾਜ ਵੱਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਸਿੱਖਿਅਕ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਾਭਾ ਦੇ ਕਈ ਸਕੂਲਾਂ ਵਿੱਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਤਕਸੀਮ ਕੀਤੀਆਂ ਤੇ ਸਮਾਜ ਨੇ ਇਸ ਕਾਰਜ ਵਿੱਚ ਸੰਤ ਸਮਾਜ ਵੱਲੋਂ ਨਿਵੇਕਲਾ ਯੋਗਦਾਨ ਦੇਣ ਦਾ ਸੁਨੇਹਾ ਦਿੱਤਾ। ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵੱਲੋਂ SD ਸਕੂਲ ਲੜਕੀਆਂ, ਸਰਕਾਰੀ ਐਲੀਮੈਂਟਰੀ ਸਕੂਲ ਅਲੋਹਰਾ ਕਲਾਂ ਤੇ ਸ਼੍ਰੋਮਣੀ ਸੰਤ ਬਾਬਾ ਸੁਖਦੇਵ ਸਿੰਘ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਲੋਹਰਾ ਵਿਖੇ ਲਗਾਤਾਰ ਆਪਣੀ ਮੁਹਿੰਮ ਜਾਰੀ ਕਰਦੇ ਹੋਏ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਤਕਸੀਮ ਕੀਤੀਆਂ। ਇਸ ਮੌਕੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਹੀ ਸਿੱਖਿਆ ਦੇ ਖੇਤਰ ਵਿੱਚ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਲਈ ਸੰਗਤ ਦੇ ਸਹਿਯੋਗ ਨਾਲ ਉੱਦਮ ਕੀਤੇ ਜਾ ਰਹੇ ਹਨ ਤੇ ਇਸ ਪਾਸੇ ਕਦਮ ਵਧਾਉਂਦੇ ਹੋਏ ਨਿੱਕੇ ਨਿੱਕੇ ਵਿਦਿਆਰਥੀਆਂ ਲਈ ਸਹਾਇਤਾ ਜਾਰੀ ਕੀਤੀ ਗਈ ਹੈ। ਫੈਲੇ ਵਿਦਿਆ ਚਾਨਣ ਹੋਏ ਗੁਰਬਾਣੀ ਦੇ ਕਥਨ ਅਨੁਸਾਰ ਸਭ ਤੋਂ ਵੱਡਾ ਦਾਨ ਭਾਈ ਗੁਰਦਾਸ ਜੀ ਕਹਿੰਦੇ ਜੇ ਕੋਈ ਇੱਕ ਸ਼ਬਦ ਵੀ ਸਿਖਾ ਦੇਵੇ ਤਾਂ ਜਿਵੇਂ ਉਹਨੇ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਜਿੰਨਾ ਮਹਾਤਮਾ ਹੈ। ਸੋ ਜਿੱਥੇ ਗੁਰੂ ਕੇ ਲੰਗਰਾਂ ਦਾ ਮਹਾਤਮਾ ਹੈ ਉੱਥੇ ਐਜੂਕੇਸ਼ਨ ਵਿੱਦਿਆ ਦਾ ਬਹੁਤ ਵੱਡਾ ਦਾਨ ਹੈ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਦੀ ਜਾਂ ਹੋਰ ਵਸਤਾਂ ਦੀ ਲੋੜ ਸੀ, ਸੋ ਇਨ੍ਹਾਂ ਦੇ ਮੁਤਾਬਕ ਇਨ੍ਹਾਂ ਸਕੂਲਾਂ ਦੇ ਵਿੱਚ ਗੁਰੂ ਮਹਾਰਾਜ ਨੇ ਜਿੰਨੀ ਕੁ ਕਿਰਪਾ ਕਰਕੇ ਸੇਵਾ ਕਰਵਾਈ ਅੱਗੇ ਵਾਸਤੇ ਵੀ ਕਰਵਾਉਂਦੇ ਰਹਿਣਗੇ। ਤੇ ਅੱਜ ਇੱਥੇ ਲਾਹੌਰਾਂ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਦੇਣ ਬੂਟ ਦੇਣ ਵਾਸਤੇ ਆਏ ਸੀ ਤੇ ਇਹਨਾਂ ਸਟਾਫ ਮੈਂਬਰ ਭੈਣ ਜੀ ਨੇ ਦੱਸਿਆ ਕਿ ਸਾਨੂੰ ਇੱਥੇ LED ਦੀ ਲੋੜ ਹੈ, ਉਹ ਵੀ ਸਕੂਲ ਵਾਸਤੇ ਦਿੱਤੀ ਗਈ ਹੈ ਤੇ ਹੋਰ ਝੂਲਿਆਂ ਦੀ ਸੇ ਬੱਚਿਆਂ ਵਾਸਤੇ ਤੇ ਹੋਰ ਵੀ ਅੱਗੇ ਵਾਸਤੇ ਜਿਹੜੀ ਸਾਨੂੰ ਸੇਵਾ ਕਰਨਗੇ ਅਸੀਂ ਤਿਆਰ ਪਰ ਰਹਾਂਗੇ। ਤੇ ਇਹ ਕੁਛ ਸਕੂਲ ਅਸੀਂ ਅਡੋਪਟ ਕੀਤੇ ਆ ਜਿਨ੍ਹਾਂ ਵਾਸਤੇ ਲੋੜ ਹੋਊਗੀ ਅਸੀਂ ਸੇਵਾ ਕਰਦੇ ਰਹਾਂਗੇ। ਇਸ ਮੌਕੇ ਸਮਾਜ ਸੇਵੀ ਅਤੇ ਸਕੂਲ ਸਟਾਫ ਨੇ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਕੋਈ ਮਦਦ ਨਹੀਂ ਪਹੁੰਚਦੀ ਉੱਥੇ ਬਾਬਾ ਕਸ਼ਮੀਰਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਹਾਇਤਾ ਦੇ ਤੌਰ ਤੇ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਤੇ ਬਾਬਾ ਜੀ ਦਾ ਕਦਮ ਧੰਨਵਾਦ ਦੇ ਕਾਬਿਲ ਹੈ। ਹੈਲਪ ਕੀਤੀ ਆ ਜੀ, ਉਹਨਾਂ ਨੂੰ ਵਰਦੀਆਂ ਦਿੱਤੀਆਂ ਨੇ, LCD ਲਵਾਈ ਆ, ਸਾਡੇ ਬੱਚਿਆਂ ਲਈ ਝੂਲੇ ਦੇ ਰਹੇ ਨੇ ਤੇ ਸਾਡੇ ਸਕੂਲ ਨੂੰ ਅਡੋਪਟ ਕੀਤਾ ਹੈ। ਸਮਾਰਟ ਸਕੂਲ ਬਣਾਉਣ ਵਿੱਚ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਅਸੀਂ ਸਮੂਹ ਪਰਿਵਾਰ ਤੇ ਸਮੂਹ ਸਟਾਫ ਇਹਨਾਂ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਜਿਹੜਾ ਸਕੂਲ ਚ ਰੱਖੇ ਗਏ ਹੁੰਦੇ ਆ, ਅਰਜ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਬਹੁਤ ਵਧੀਆ ਉਪਰਾਲਾ। ਜਿਹੜੇ ਸਾਡੇ ਗਰੀਬ ਬੱਚੇ ਨੇ ਸਕੂਲਾਂ ਚ, ਪ੍ਰਾਇਮਰੀ ਸਕੂਲਾਂ ਚ ਉਹੀ ਪੜ੍ਹਦੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਕੋਟੀ ਸਵੈਟਰ ਜੁੜਦਾ ਨਹੀਂ, ਘਰੋਂ ਗਰੀਬੀ ਕਰਕੇ ਬੂਟਾਂ ਦੀ ਲੋੜ ਰਹਿੰਦੀ ਆ, ਉਹ ਬਾਬਾ ਜੀ ਨੇ ਉਪਰਾਲਾ ਚੁੱਕਿਆ, ਅੱਜ ਕਈ ਸਕੂਲਾਂ ਚ ਦੇ ਕੇ ਆਏ ਨੇ, ਬਾਕੀ ਹੋਰ ਵੀ ਦੇਣਗੇ। ਮੈਂ ਬਾਬਾ ਜੀ ਦਾ ਇਹ ਗੱਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਚੰਗਾ ਉਪਰਾਲਾ। ਇੱਥੇ CD ਦੀ ਲੋੜ ਤੀ, ਉਹ ਵੀ ਬਾਬਾ ਜੀ ਨੇ ਦਿੱਤੀ ਆ। ਜੇ ਬੱਚੇ ਨਾ ਅੱਜ ਕੱਲ੍ਹ ਕੰਪਿਊਟਰ ਤੇ ਪੜ੍ਹਦੇ ਨੇ, ਉਹ ਪਿੰਡਾਂ ਵਾਲੇ ਪੰਚਾਇਤ ਵਾਲਿਆਂ ਨੂੰ ਬੇਨਤੀ ਕਰਦੇ ਨੇ, ਸਕੂਲ ਵਾਲਿਆਂ ਕੋਲ ਫੰਡ ਨਹੀਂ ਹੁੰਦਾ ਵੀ ਕਿੱਥੋਂ ਲਾਉਣ,
ਉਹ ਆਪ ਲੱਗ ਨਹੀਂ ਸਕਦੀ, ਉਹ ਬਾਬਾ ਜੀ ਨੇ ਬਹੁਤ ਵਧੀਆ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।